ਅੱਜ ਜੋ ਪੰਥਕ ਨੁਮਾਇੰਦੇ ਜਥੇਬੰਦੀਆਂ ਦਾ ਇਕੱਠ ਰੱਖਿਆ ਗਿਆ ਸੀ ਉਹ ਸ਼ਹੀਦ ਭਾਈ ਗੁਰਦੇਵ ਸਿੰਘ ਜੀ ਕੌਂਕੇ ਸਾਬਕਾ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਉਹਨਾਂ ਦੀ ਸ਼ਹੀਦੀ ਦੇ ਸੰਬੰਧ ਵਿੱਚ ਜੋ ਉਹਨਾਂ 'ਤੇ ਤਸ਼ੱਦਦ ਹੋਇਆ ਜਿਵੇਂ ਉਹਨਾਂ ਨੂੰ ਕਤਲ ਕੀਤਾ ਗਿਆ ਭਗੌੜਾ ਕਰਾਰ ਦਿੱਤਾ ਗਿਆ ਜੋ ਉਹ ਤਵਾੜੀ ਰਿਪੋਰਟ ਆਈ ਉਹ ਰਿਪੋਰਟ ਨੂੰ ਦਬਾ ਕੇ ਰੱਖਿਆ ਗਿਆ ਇਹਨੀਆਂ ਸਾਰੀਆਂ ਗੱਲਾਂ 'ਤੇ ਵਿਚਾਰ ਚਰਚਾ ਹੋਈ ਹੈ ਵੀ ਅਗਾਂਹ ਕੀ ਕਰਨਾ ਚਾਹੀਦਾ ਹੈ ਕਿਵੇਂ ਇਸ ਨੂੰ ਸਾਰੀ ਪਬਲਿਕ ਨੂੰ ਸਾਰੇ ਪੰਥ ਨੂੰ ਇਸ ਚੀਜ਼ ਤੋਂ ਕਿਵੇਂ ਗਿਆਤ ਕਰਨਾ ਚਾਹੀਦਾ ਹੈ ਅਤੇ ਕਿਵੇਂ ਇਨਸਾਫ ਲੈਣ ਵਾਸਤੇ ਸਾਨੂੰ ਇਹਦੇ ਲਈ ਪ੍ਰਬੰਧ ਕਰਨੇ ਚਾਹੀਦੇ ਆ ਕਿਹੋ ਜਿਹੇ ਉਪਰਾਲੇ ਕਰਨੇ ਚਾਹੀਦੇ ਆ ਇਹਦੇ 'ਤੇ ਵਿਚਾਰਾਂ ਹੋਈਆਂ ਸਭ ਤੋਂ ਪਹਿਲਾਂ ਤਾਂ ਅਸੀਂ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਕ ਵਕੀਲਾਂ ਦੀ ਟੀਮ ਬਣਾਈ ਹੈ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਕ ਵਕੀਲਾਂ ਦੀ ਟੀਮ ਬਣਾਈ ਹੈ ਇਹਨਾਂ ਦਾ ਅਸੀਂ ਚਾਹਾਂਗੇ ਕਿ ਦੋਵਾਂ ਦਾ ਤਾਲਮੇਲ ਹੋਵੇ ਅਤੇ ਇਹਦੇ ਨਾਲ ਹੋਰ ਵੀ ਜਿਹੜੇ ਵਕੀਲ ਹੈ ਉਹ ਪੰਥਕ ਨੁਮਾਇੰਦਿਆਂ ਦੀ ਰਾਇ ਹੈ ਕਿ ਹੋਰ ਵਕੀਲਾਂ ਦੀ ਨਾਲ ਰਾਇ ਲੈ ਕੇ ਵੀ ਇੱਕ ਸਾਂਝਾ ਗਰੁੱਪ ਬਣਾਇਆ ਜਾਵੇ ਤਾਂ ਕਿ ਕੋਈ ਕਮੀ ਨਾ ਰਹਿ ਜਾਵੇ ਨੰਬਰ 1 ਤਾਂ ਇਹ ਗੱਲ ਹੋਈ ਹੈ ਦੂਸਰਾ ਅਸੀਂ ਸਿੰਘ ਸਾਹਿਬ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਭਾਈ ਰਘਵੀਰ ਸਿੰਘ ਜੀ ਨੂੰ ਅੱਜ ਫਿਰ ਅਪੀਲ ਕਰਦੇ ਹਾਂ ਕਿ 1 ਜਨਵਰੀ ਨੂੰ ਇੱਥੇ ਹੀ ਅਸੀਂ ਉਹਨਾਂ ਨੂੰ ਇੱਕ ਮੈਮੋਰੈਂਡਮ ਦਿੱਤਾ ਸੀ ਕਿ ਜੋ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਪੰਥ ਰਤਨ ਅਤੇ ਫਖਰੇ ਕੌਮ 2 ਅਵਾਰਡ ਦਿੱਤੇ ਗਏ ਸੀ ਪ੍ਰਕਾਸ਼ ਸਿੰਘ ਬਾਦਲ ਜੀ ਨੂੰ ਉਹਨਾਂ ਨੇ ਕੋਈ ਵੀ ਐਸਾ ਕੰਮ ਨਹੀਂ ਕੀਤਾ ਜਿਹਦੇ ਲਈ ਉਹ ਡਿਜ਼ਰਵ ਕਰਦੇ ਹੋਣ ਕਿ ਉਹਨਾਂ ਨੂੰ ਇਹੋ ਜਿਹੇ ਵੱਡੇ ਅਵਾਰਡ ਦਿੱਤੇ ਜਾਣ ਉਹਨਾਂ ਦੇ ਸਮੇਂ ਦੇ ਵਿੱਚ ਹੀ ਭਾਈ ਗੁਰਦੇਵ ਸਿੰਘ ਦੇ ਕਤਲ ਦੀ ਰਿਪੋਰਟ ਆ ਗਈ ਸੀ ਅਤੇ ਨੁਮਾਇੰਦੇ ਵੀ ਮਿਲਦੇ ਰਹੇ ਪੰਥ ਦੇ ਵਾਰ ਵਾਰ ਉਹਨਾਂ ਨੂੰ ਜਾ ਕੇ ਕਿ ਰਿਪੋਰਟ ਨੂੰ ਜੰਤ ਵੀ ਕਰੋ ਅਤੇ ਇਹਦੇ 'ਤੇ ਐਕਟ ਵੀ ਕਰੋ ਇਹਨੂੰ ਹਰਕਤ ਵਿੱਚ ਲਿਆਓ ਦੋਸ਼ੀਆਂ ਨੂੰ ਸਜ਼ਾਵਾਂ ਦਿਓ ਪਰ ਇਹ ਕੁਝ ਨਹੀਂ ਹੋ ਸਕਿਆ ਸੋ ਇਸ ਵਾਸਤੇ ਸਿੰਘ ਸਾਹਿਬ ਜੀ ਨੂੰ ਅੱਜ ਫਿਰ ਅਸੀਂ ਅਪੀਲ ਕਰਦੇ ਹਾਂ ਕਿ ਸਾਡੇ ਤੋਂ ਇਲਾਵਾ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ UK ਦੀਆਂ ਗੁਰਦੁਆਰਾ ਸਮੈਥਕ ਦੇ ਗੁਰਦੁਆਰਾ ਸਾਹਿਬ ਦੀ ਕਮੇਟੀ ਨੇ ਹੋਰ ਬਹੁਤ ਸਾਰੀਆਂ ਪ੍ਰਬੰਧਕ ਕਮੇਟੀਆਂ ਨੇ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਨੇ ਬਹੁਤ ਸਾਰੀਆਂ ਜੋ ਬਿਨੇ ਪੱਤਰ ਲੈਟਰ ਭੇਜੇ ਆ ਸਿੰਘ ਸਾਹਿਬ ਜੀ ਨੂੰ ਅਤੇ ਹੋਰ ਵੀ ਭੇਜ ਰਹੇ ਨੇ ਕਿ ਤੁਸੀਂ ਇਹ 'ਤੇ ਕਾਰਵਾਈ ਕਰੋ ਉਹਦੇ ਤੋਂ ਫਖਰੇ ਕੌਮ ਜੋ ਅਤੇ ਜੋ ਪੰਥ ਰਤਨ ਅਵਾਰਡ ਦਿੱਤੇ ਗਏ ਆ ਉਹਨੂੰ ਵਾਪਸ ਲਓ ਸਿੰਘ ਸਾਹਿਬ ਇਹ 'ਤੇ ਜਲਦੀ ਕਾਰਵਾਈ ਕਰਨ ਅਤੇ ਪੰਥ ਨੂੰ ਦੱਸਣ ਕਿ ਕਦੋਂ ਤੱਕ ਕਾਰਵਾਈ ਕਰਨਗੇ ਇਹ ਅਸੀਂ ਅਪੀਲ ਕਰਦੇ ਹਾਂ ਨੰਬਰ 1 ਤਾਂ ਦੂਸਰਾ ਇਸ ਨੂੰ ਅਸੀਂ ਸੰਸਾਰ ਪੱਧਰ 'ਤੇ ਲਿਜਾਣ ਵਾਸਤੇ ਪ੍ਰੋਗਰਾਮ ਲਿਖੇ ਆ ਪੰਥਕ ਜਥੇਬੰਦੀਆਂ ਨੇ ਕਿ ਅਗਾਂਹ ਅਸੀਂ ਕੀ ਕਰਨਾ 10 ਫਰਵਰੀ ਨੂੰ ਜਲੰਧਰ ਵਿਖੇ ਇੱਕ ਪੰਥਕ ਨੁਮਾਇੰਦਾ ਇਕੱਠ ਰੱਖਿਆ ਗਿਆ ਜਿਹਦੇ 'ਤੇ ਖੁੱਲ੍ਹੀ ਵਿਚਾਰ ਚਰਚਾ ਹੋਵੇਗੀ ਕਿ ਸਾਨੂੰ ਅਗਾਂਹ ਕੀ ਕਰਨਾ ਚਾਹੀਦਾ ਕਿਵੇਂ ਅਸੀਂ ਇਨਸਾਫ ਲੈ ਸਕਦੇ ਹਾਂ ਉਹਦੇ ਵਿੱਚ ਜੱਜ ਸਾਹਿਬਾਨ ਰਿਟਾਇਰਡ ਅਤੇ ਹੋਰ ਬੁੱਧੀਜੀਵੀ ਵਕੀਲ ਪ੍ਰੋਫੈਸਰ ਸਾਹਿਬਾਨ ਅਤੇ ਪੰਜਾਬ ਤੋਂ ਬਾਹਰੋਂ ਵੀ ਉਹਨਾਂ ਨੂੰ ਅਸੀਂ ਸਾਰਿਆਂ ਨੂੰ ਸੱਦਾ ਦਿੱਤਾ ਹੈ ਔਰ ਜਾ ਕੇ ਵੀ ਸੱਦਾ ਦੇਵਾਂਗੇ ਇਹ 10 ਫਰਵਰੀ ਨੂੰ ਜਲੰਧਰ ਵਿਖੇ ਇੱਕ ਜਿਹੜੀ ਹੈ ਇੱਕ ਨੁਮਾਇੰਦਾ ਇਕੱਠ ਰੱਖਿਆ ਗਿਆ ਅਤੇ ਇੱਕ ਅਸੀਂ ਜਿਹੜਾ ਮਾਰਚ ਹੈ ਜਿਹਨੂੰ ਅਸੀਂ ਇਨਸਾਫ ਮਾਰਚ ਕਹਿ ਲਈਏ ਜਾਂ ਇੱਕ ਸਿੰਘਾਂ ਦੀ ਵਿਚਾਰ ਸੀ ਕਿ ਸਤਿਗੁਰੂ ਪਾਤਸ਼ਾਹ ਜੀ ਨੇ ਗੁਰਬਾਣੀ 'ਚ ਲਿਖਿਆ ਇਤੀ ਮਾਰ ਪਈ ਕਰਲਾਣੇ ਕਹਿ ਤੈਂ ਕੀ ਦਰਦ ਨਾ ਆਇਆ ਇਸ ਸਲੋਗਨ ਥੱਲੇ ਅਸੀਂ
ਬਾਣੀ ਦਾ ਆਸਰਾ ਲੈ ਕੇ ਗੁਰਦੁਆਰਾ ਦੀਨਾ ਸਾਹਿਬ ਤੋਂ ਜਿੱਥੇ ਮਹਾਰਾਜ ਕਲਗੀਧਰ ਮਹਾਰਾਜ ਨੇ ਔਰੰਗਜ਼ੇਬ ਨੂੰ ਜਫਰਨਾਮਾ ਲਿਖਿਆ ਸੀ, ਉੱਥੋਂ ਇੱਕ ਹਦਾਇਤ ਦੇਣ ਵਾਸਤੇ ਪੰਜਾਬ ਅਤੇ ਕੇਂਦਰ ਦੀ ਸਰਕਾਰ ਨੂੰ ਕਿ ਤੁਸੀਂ ਵੀ ਪਹਿਲੀਆਂ ਸਰਕਾਰਾਂ ਵਾਂਗੂ ਸਰਦਾਰ ਭਗਵੰਤ ਸਿੰਘ ਵੀ ਉਸ ਲਿਸਟ 'ਚ ਨਾ ਆ ਜਾਣ ਕਿ ਪਹਿਲੀਆਂ ਸਰਕਾਰਾਂ ਨੇ ਪ੍ਰਕਾਸ਼ ਸਿੰਘ ਬਾਦਲ ਜੀ ਨੇ, ਅਮਰਿੰਦਰ ਸਿੰਘ ਜੀ ਨੇ, ਚੰਨੀ ਜੀ ਨੇ, ਇਹਨਾਂ ਵੋਟਾਂ ਦੇ ਉੱਪਰ ਕੋਈ ਅਸਰ ਨਹੀਂ ਕੀਤਾ ਅਤੇ ਨਾ ਦੋਸ਼ੀਆਂ ਨੂੰ ਸਜ਼ਾ ਦਵਾਈ। ਅਤੇ 2.5-3 ਸਾਲ ਹੋ ਚੱਲੇ ਨੇ ਭਗਵੰਤ ਸਿੰਘ ਮਾਨ ਨੂੰ ਮੁੱਖ ਮੰਤਰੀ ਬਣਿਆ, ਇਹਨਾਂ ਵੀ ਹਾਲੇ ਤੱਕ ਕੋਈ ਹਰਕਤ ਨਹੀਂ ਕੀਤੀ। ਉਹਨਾਂ ਨੂੰ ਵੀ ਜਿਹੜਾ ਇਹ ਸਾਡਾ ਇਨਸਾਫ ਮਾਰਚ ਹੋਊਗਾ, ਇੱਥੇ ਮਾਰ ਪਈ ਕਰਲਾ ਨੇ ਕਹਿਤਾ ਕਿ ਦਰਦ ਨਾ ਆਇਆ, ਇਹ ਦੀਨਾ ਸਾਹਿਬ ਤੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਤੱਕ ਹੋਏਗਾ। ਜਿਸ ਦੀ ਜਿਹੜੀ ਤਰੀਕ ਹੈ ਉਹਦਾ ਐਲਾਨ 10 ਫਰਵਰੀ ਨੂੰ ਕੀਤਾ ਜਾਏਗਾ। ਇਹ ਅੱਜ ਅਸੀਂ ਪ੍ਰੋਗਰਾਮ ਲਿਖੇ ਹੈ ਅਤੇ ਹਰ ਹਾਲਤ ਦੇ ਵਿੱਚ ਅਸੀਂ ਜਿਹੜਾ ਹੈ ਇਹ ਇਨਸਾਫ ਲਵਾਂਗੇ, ਕਿਉਂਕਿ ਜੋ ਕੁਝ ਕੱਲ੍ਹ ਸਰਦਾਰ ਸੁਖਵੀਰ ਸਿੰਘ ਬਾਦਲ ਮਾਘੀ ਦੀ ਕਾਨਫਰੰਸ ਵਿੱਚ ਬੋਲਿਆ ਉਹ 'ਚੋਂ ਵੱਡੀ ਬਖਲਾਹਟ ਵਿੱਚ ਹੈ, ਕਿਉਂਕਿ ਉਹਨੂੰ ਲੱਗਦਾ ਕਿ ਮੇਰੇ ਪਿਤਾ ਤੋਂ ਪੰਥ ਰਤਨ ਅਤੇ ਫਕਰੇ ਕੌਮ ਵਰਗੇ ਵਾਰਡ ਜਿਹੜੇ ਹੈ ਉਹ ਵਾਪਸ ਕਰਨ ਦੀ ਕਿਉਂ ਮੰਗ ਕੀਤੀ ਜਾ ਰਹੀ ਹੈ। ਇੱਥੇ ਗੱਲ ਕਿਸੇ ਪਿਤਾ ਦੀ ਜਾਂ ਕਿਸੇ ਘਰ ਦੀ ਨਹੀਂ, ਗੱਲ ਕੌਮ ਦੀ ਹੈ। ਕੌਮ ਦੇ ਜਥੇਦਾਰ ਦਾ ਕਤਲ ਹੋਇਆ ਅਤੇ ਕਾਤਲਾਂ ਦੀ ਪੁਸ਼ਤ ਪੜਾਈ ਕੀਤੀ ਗਈ ਹੈ ਉਸ CM ਨੇ। ਇਸ ਕਰਕੇ ਅਸੀਂ ਉਹਨਾਂ ਨੇ ਸਾਡੇ 'ਤੇ ਸਿੱਧੇ ਇਲਜ਼ਾਮ ਲਾਏ ਹੈ। ਅਸੀਂ ਉਹਨਾਂ ਨੂੰ ਕਹਿਣਾ ਚਾਹੁੰਦੇ ਹਾਂ ਕਿ ਤੁਹਾਡੀ ਸ਼ਬਦਾਵਲੀ ਸਾਡੇ 'ਤੇ ਲੱਖ ਵਾਰੀ ਦੋਸ਼ ਲਾਓ, ਵਿਰੋਧ ਕਰੋ, ਜੋ ਮਰਜ਼ੀ ਕਰੋ, ਪਰ ਜਿਹੜੀ ਤੁਹਾਡੀ ਸ਼ਬਦਾਵਲੀ ਹੈ ਉਹ ਪੰਥਕ ਰਵਾਇਤਾਂ ਤੋਂ ਬਾਹਰ ਨਹੀਂ ਜਾਣੀ ਚਾਹੀਦੀ। ਇਹ ਅੱਜ ਅਸੀਂ ਇੱਕ ਹੋਰ ਫੈਸਲਾ ਕੀਤਾ ਹੈ ਕਿ ਅਸੀਂ ਇੱਕ 9-ਮੈਂਬਰੀ ਕਮੇਟੀ ਬਣਾਈ ਹੈ ਜਿਹੜੀ ਸਾਰੀਆਂ ਕਿਸਾਨ ਯੂਨੀਅਨ ਨਾਲ ਅਤੇ ਹੋਰ ਜਿਹੜੀਆਂ ਸਾਡੀਆਂ ਹਮਦਰਦ ਅਤੇ ਹਮਖਿਆਲੀ ਜਥੇਬੰਦੀਆਂ ਉਹਨਾਂ ਨਾਲ, ਕਾਰ ਸੇਵਾ ਵਾਲੇ ਮਹਾਂਪੁਰਖਾਂ ਨਾਲ, ਸੰਤ ਸਮਾਜ ਨਾਲ, ਨਿਹੰਗ ਸਿੰਘ ਜਥੇਬੰਦੀਆਂ ਨਾਲ 10 ਫਰਵਰੀ ਤੋਂ ਪਹਿਲਾਂ ਅਸੀਂ ਸਾਰਿਆਂ ਦੇ ਨਾਲ ਸੰਪਰਕ ਕਰਕੇ ਉਹਨਾਂ ਨੂੰ ਇਸ ਕਾਫਲੇ ਦੇ ਹਮਰਾਹੀ ਬਣਾਵਾਂਗੇ ਕਿ ਆਓ ਸਾਰੇ ਇਕੱਠੇ ਹੋ ਕੇ ਆਪਾਂ ਇਨਸਾਫ ਲਈਏ, ਕਿਉਂਕਿ ਇਹ ਕੇਸ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦਾ ਹੈ, ਕੋਈ ਕਿਸੇ ਦਾ ਨਿੱਜੀ ਨਹੀਂ। ਸਾਡੇ 20 ਵਖਰੇਵੇਂ ਹੋ ਸਕਦੇ ਆ, ਪਰ ਇੱਥੇ ਅਸੀਂ ਸਾਰੇ ਇਕੱਠੇ ਹੋਵਾਂਗੇ। ਇਹ ਸਾਨੂੰ ਉਮੀਦ ਹੈ ਅੱਜ ਜੋ ਪੰਥਕ ਜਥੇਬੰਦੀਆਂ ਨੇ ਫੈਸਲੇ ਲਏ ਆ ਇਹਨੂੰ ਅਸੀਂ ਲਾਗੂ ਕਰਵਾਵਾਂਗੇ, ਹਰ ਯਤਨ ਕਰਾਂਗੇ ਅਤੇ ਆਖਰ ਤੱਕ ਅਸੀਂ ਇਹ ਫੈਸਲਾ ਕੀਤਾ ਕਿ ਅਸੀਂ ਇਨਸਾਫ ਲੈ ਕੇ ਰਵਾਂਗੇ। ਸਿੰਘ ਸਾਹਿਬ 9-ਮੈਂਬਰੀ ਕਮੇਟੀ 'ਚ ਕੌਣ ਕੌਣ ਸ਼ਾਮਿਲ ਕੀਤਾ ਗਿਆ? ਉਹ ਦੱਸ ਦਿਓ ਭਵਨ ਸਾਹਿਬ। ਹਾਂਜੀ, ਕਿਉਂਕਿ ਤੁਸੀਂ ਵੀ ਪ੍ਰੈਸ 'ਚ ਦੇਖਿਆ ਹੋਊਗਾ, ਅਸੀਂ ਉੱਥੇ ਬੋਲੇ ਹਾਂ। ਅਸੀਂ ਜਿਹੜੇ ਬਾਬਾ ਮਾਨ ਸਿੰਘ ਸੀ ਉਹਨਾਂ ਨਾਲ ਵੀ ਸੰਪਰਕ ਕੀਤਾ, ਉਹਨਾਂ ਨੂੰ ਵੀ ਕਿਹਾ ਕਿ ਤੁਹਾਡੇ ਨਾਲ ਖੜੇ, ਜਿਹਦੇ ਨਾਲ ਧੱਕਾ ਹੋਊਗਾ ਅਸੀਂ ਖੜੇ ਹੋਵਾਂਗੇ। ਪਰ ਇਹ ਹਰ ਇੱਕ ਬੰਦੇ 'ਤੇ ਝੂਠ ਬੋਲਦੇ ਆ, ਜਦੋਂ ਇਹਨਾਂ ਨਾਲ ਖੜੋ, ਇਹਨਾਂ ਨਾਲ ਮੀਟਿੰਗਾਂ ਕਰੋ, ਇਹਨਾਂ ਨੂੰ ਘਰ ਸੱਦੋ, ਇਹਨਾਂ ਦੇ ਘਰ ਜਾਓ, ਫਿਰ ਤਾਂ ਸਾਰੇ ਦੁੱਧ ਧੋਤੇ ਆ। ਜਦੋਂ ਅਸੀਂ ਪੰਥ ਦੀ ਗੱਲ ਕਰੀਏ, ਪੰਥ ਨਾਲ ਹੋਏ ਧੱਕੇ ਦੀ ਗੱਲ ਕਰੀਏ ਤਾਂ ਫਿਰ ਇਹਨੂੰ ਚੋਰ ਦੱਸਦੇ ਆ। ਉਹਨਾਂ ਨੇ ਇਹ ਨਹੀਂ ਕਿਹਾ, ਕੋਈ ਗੱਲ ਨਹੀਂ ਕੀਤੀ, ਇੱਕ ਇਹ ਵੀ ਕਿਹਾ ਨਾਲ, ਕਹਿੰਦਾ ਇਹ ਚੋਲਿਆਂ ਦੇ ਵਿੱਚ ਚੋਰ ਹੈ। ਕਿਹੜੀ ਚੋਰੀ ਕਰ ਲਈ ਅਸੀਂ? ਅਸੀਂ ਤੇ ਅੱਧਾ ਅੱਧਾ ਪਰਿਵਾਰ ਸ਼ਹੀਦ ਕਰਵਾਇਆ, ਚੋਰੀ ਦੱਸੋ ਕੀ ਕਰ ਲਈ ਅਸੀਂ? ਸਿੰਘਾਂ ਨੂੰ ਅਜੇ ਤੱਕ ਕੋਈ ਇਨਸਾਫ ਨਹੀਂ ਮਿਲਿਆ ਕਿਸੇ ਵੀ ਕੇਸ ਨੂੰ ਲੈ ਕੇ, ਰਾਜੂਆਣਾ ਨੂੰ ਲੈ ਕੇ, ਕਾਂਗਰਸ ਨੂੰ ਲੈ ਕੇ, ਕੀ ਕਾਰਨ? ਦੇਖੋ, ਅਸੀਂ ਇੱਕ ਟਾਰਗੇਟ ਰੱਖਿਆ ਕਿ ਜੇ ਅਸੀਂ ਜਥੇਦਾਰ ਕਾਂਗਰਸ ਸਾਹਿਬ ਦੇ ਕੇਸ ਦੇ ਵਿੱਚ ਇਨਸਾਫ ਲੈ ਲਿਆ ਤੇ ਇਹ ਬਾਕੀ ਜਿੰਨੇ ਇੱਥੇ ਝੂਠੇ ਪੁਲਿਸ ਮੁਕਾਬਲੇ ਹੋਏ ਆ, ਜਿਨ੍ਹਾਂ ਤੇ ਤਸ਼ੱਦਦ ਹੋਇਆ, ਜਿੰਨੇ ਕਤਲ ਕੀਤੇ ਗਏ ਆ, ਉਹਨਾਂ ਦਾ ਵੀ ਇਨਸਾਫ ਦਾ ਰਸਤਾ ਖੁੱਲੂਗਾ। ਤੇ ਸਾਡੀ ਇੱਕ ਮੰਗ ਹੈ ਕਿ 30-30 ਸਾਲ ਤੋਂ
ਜਿਹੜੇ ਸਾਡੇ ਸਿੰਘ ਜੇਲ੍ਹਾਂ 'ਚ ਬੈਠੇ ਹੈ, ਜਥੇਦਾਰ ਜਗਤਾਰ ਸਿੰਘ ਹਵਾਰਾ ਹੈ, ਭਾਈ ਰਾਜੂਆਣਾ ਹੈ, ਇਸੇ ਤਰ੍ਹਾਂ ਭਾਈ ਗੁਰਮੀਤ ਸਿੰਘ ਭਿਓਰਾ ਹੈ, ਭਿਓਰੇ ਹੋਣੀ ਪਰਮਜੀਤ ਹੋਣੀ, ਭਾਈ ਅੰਮ੍ਰਿਤਪਾਲ ਸਿੰਘ ਨੂੰ ਦੇਖੋ ਇੱਥੋਂ ਸੱਤਵੀਂ ਸਟੇਟ ਜਾ ਕੇ ਸੁੱਟਿਆ ਹੋਇਆ, ਕੀ ਉਹਨੇ ਗਨਾਹ ਕੀਤਾ ਸੀ। ਇਹ ਸਾਰੀ ਆਵਾਜ਼ ਆ, ਇਹਦਾ ਇੱਕ ਰਾਹ ਖੁੱਲੂਗਾ ਜਦੋਂ ਅਸੀਂ ਇਹ ਇਨਸਾਫ ਲੈ ਕੇ ਤੁਰਾਂਗੇ ਨਾ। ਜਦੋਂ ਇਹ ਇਨਸਾਫ ਮਿਲੇਗਾ ਤਾਂ ਲੋਕਾਂ ਦੇ ਵਿੱਚ ਬਹੁਤ ਸਾਰਾ ਉਤਸ਼ਾਹ ਵੀ ਵਧੂਗਾ ਕਿ ਅਸੀਂ ਬਾਕੀ ਵੀ ਜਿਨ੍ਹਾਂ ਨਾਲ ਧੱਕਾ ਹੋਇਆ ਉਹਦੇ ਲਈ ਇਨਸਾਫ ਦੀ ਮੰਗ ਕਰਾਂਗੇ। ਇਹ ਰਣਨੀਤੀ ਬੜੀ ਸਪਸ਼ਟ ਹੈ, ਅਸੀਂ ਇੱਕ ਪੰਥ ਦਾ ਦਬਾਅ ਪਾਵਾਂਗੇ। ਤੁਹਾਡੇ ਸਾਹਮਣੇ ਇੱਥੇ ਹੀ ਸ਼੍ਰੋਮਣੀ ਕਮੇਟੀ ਵੱਲੋਂ ਥਾਪੇ ਗਏ ਸਿੰਘ ਸਾਹਿਬਾਨਾਂ ਨੇ ਇੱਕ ਫੈਸਲਾ ਲਿਆ ਸੀ ਜਿਹਦੇ ਵਿੱਚ ਰਾਮ ਰਹੀਮ ਨੂੰ ਇਹਨਾਂ ਨੇ ਕਲੀਨ ਚਿੱਟ ਦੇ ਦਿੱਤੀ ਸੀਗੀ। ਜਦੋਂ ਪੰਥ ਦਾ ਦੇਸ਼ ਦੇਸ਼ ਵਿੱਚੋਂ ਦਬਾਅ ਵਧਿਆ, ਚਿੱਠੀਆਂ ਆਈਆਂ, ਮਤੇ ਆਏ, ਤਾਂ ਉਹਨਾਂ ਨੇ ਕਿਹਾ ਸੀ ਕਿ ਜਿਹੜੀ ਅਸੀਂ ਮਾਫ਼ੀ ਦਿੱਤੀ ਸੀ ਪੰਥ ਨੇ ਉਹਨੂੰ ਪ੍ਰਵਾਨ ਨਹੀਂ ਕੀਤਾ, ਅਸੀਂ ਉਹਨੂੰ ਵਾਪਸ ਲੈਂਦੇ ਹਾਂ। ਤੁਸੀਂ ਦੇਖੋਗੇ ਜਿਵੇਂ ਪੰਥ ਦਾ ਦਬਾਅ ਵਧੂਗਾ, ਪੰਥ ਦੇ ਮਤੇ ਆਉਣਗੇ, ਪੰਥ ਦੀ ਰਾਏ ਸਿੰਘ ਸਾਹਿਬ ਕੋਲ ਆਊਗੀ, ਕਿਉਂਕਿ ਸਿੰਘ ਸਾਹਿਬ ਪੰਥ ਦਾ ਹੈ, ਸਿੰਘ ਸਾਹਿਬ ਕਿਸੇ ਧੜੇ ਦਾ ਨਹੀਂ ਗਾ। ਸਿੰਘ ਸਾਹਿਬ ਨੂੰ ਵੀ ਸੋਚਣਾ ਪਏਗਾ ਕਿ ਇਹ ਜੋ ਸਾਡੇ ਕੋਲ ਮਤੇ ਆ ਰਹੇ ਹੈ, ਸਾਡੇ ਕੋਲ ਸਲਾਹ ਆ ਰਹੀ ਹੈ, ਸਾਡੇ ਕੋਲ ਜਿਹੜੀਆਂ ਇਹ ਗੁਰਮਤੇ ਸੰਗਤਾਂ ਕਮੇਟੀਆਂ ਪ੍ਰਬੰਧਕ ਕਮੇਟੀਆਂ ਪੰਚਾਇਤਾਂ ਭੇਜ ਰਹੀਆਂ, ਸੰਤ ਸਮਾਜ ਭੇਜ ਰਿਹਾ, ਸਾਡੇ ਕੋਲ ਜੋ ਕਿਸਾਨ ਯੂਨੀਅਨ ਭੇਜ ਰਹੀਆਂ, ਇਹ ਕੌਣ ਨੇ? ਇਸ ਕਰਕੇ ਇਹਨਾਂ ਨੂੰ ਇਹ ਜਿਹੜਾ ਪੰਥ ਰਤਨ ਹੈ ਅਤੇ ਫਖਰੇ ਕੌਮ ਹੈ ਇਹ ਵਾਪਸ ਲੈਣਾ ਹੀ ਪਏਗਾ। ਸਿੰਘ ਸਾਹਿਬ ਅੱਜ ਸਾਰੇ ਸੰਘਰਸ਼ ਦੀ ਰੂਪ ਰੇਖਾ ਲਿਖਣ ਲਈ ਉਹਨਾਂ 'ਚ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਰੋਡੇ, ਭਾਈ ਸਾਹਿਬ ਭਾਈ ਮੋਕਮ ਸਿੰਘ ਜੀ, ਭਾਈ ਮਨਜੀਤ ਸਿੰਘ ਜੀ ਭੋਮਾ, ਸਰਦਾਰ ਪਾਲ ਸਿੰਘ ਜੀ ਫਰਾਂਸ, ਸਰਦਾਰ ਗੁਰਿੰਦਰ ਸਿੰਘ ਜੀ ਬਾਜਵਾ, ਸਰਦਾਰ ਗੁਰਦੀਪ ਸਿੰਘ ਜੀ ਬਠਿੰਡਾ, ਭਾਈ ਸਤਨਾਮ ਸਿੰਘ ਜੀ ਮਨਾਵਾ, ਭਾਈ ਬਲਵਿੰਦਰ ਸਿੰਘ ਜੀ ਅਤੇ ਭਾਈ ਭਰਪੂਰ ਸਿੰਘ ਜੀ ਧਾਂਦਰਾ, ਇਹਨਾਂ ਦੇ ਨਾਂ ਜਿਹੜੇ ਆ ਸ਼ਾਮਿਲ ਕੀਤੇ ਗਏ ਆ, ਅਤੇ ਉਹ ਤੁਹਾਨੂੰ ਵਟਸਐਪ 'ਤੇ ਵੀ ਅਸੀਂ ਇਹ ਨਾਂ ਸਾਰੇ ਜਿਹੜੇ ਆ ਭੇਜ ਦਿਆਂਗੇ। ਇਹ ਸਾਰੇ ਸੰਘਰਸ਼ ਦੀ ਰੂਪ ਰੇਖਾ ਲਿਖਣਗੇ, ਅਤੇ ਜਿਹੜਾ 10 ਫਰਵਰੀ ਨੂੰ ਨੁਮਾਇੰਦਾ ਇਕੱਠ ਹੋ ਰਿਹਾ ਵਾ, ਇਹਦੇ ਵਿੱਚ ਕਿਸਾਨ ਜਥੇਬੰਦੀਆਂ, ਵਕੀਲ ਸਾਹਿਬਾਨ, ਸਿੱਖ ਬੁੱਧੀਜੀਵੀ, ਮਨੁੱਖੀ ਅਧਿਕਾਰ ਸੰਗਠਨ ਅਤੇ ਕਿਸਾਨ ਜਥੇਬੰਦੀਆਂ ਸਾਰਿਆਂ ਨਾਲ, ਸੰਤ ਮਹਾਂਪੁਰਖ ਸਾਰਿਆਂ ਨਾਲ ਤਾਲਮੇਲ ਕਰਕੇ 10 ਫਰਵਰੀ ਨੂੰ ਜਲੰਧਰ ਵਿਖੇ ਇੱਕ ਵੱਡਾ ਨੁਮਾਇੰਦਾ ਇਕੱਠ ਹੋਵੇਗਾ। ਅੱਜ ਕੁਛ ਜਥੇਬੰਦੀਆਂ ਆਈਆਂ ਸੀ, ਕੁਛ ਜਿਹੜੀਆਂ ਰਹਿ ਗਈਆਂ ਉਹਨਾਂ ਦੇ ਰਾਏ ਲੈਣ ਲਈ ਇਹ ਜਿਹੜਾ ਵਾ 10 ਫਰਵਰੀ ਦਾ ਨੁਮਾਇੰਦਾ ਇਕੱਠ ਜਿਹੜਾ ਵਾ ਬੁਲਾਇਆ ਗਿਆ। ਠੀਕ ਹੈ ਜੀ।